ਅੱਜ ਅਸੀਂ ਦੁਨੀਆ ਦਾ ਮਹਾਨ ਜੋ ਧਾਰਮਿਕ ਥਾਂ ਹੈ ਰੋਜ਼ਾ ਸ਼ਰੀਫ ਉੱਥੇ ਹੋਇਆ। ਅੱਜ 412ਵਾਂ ਰੋਜ਼ ਜਿਹੜਾ ਇੱਥੇ ਹੋਣ ਜਾ ਰਿਹਾ। ਬਹੁਤ ਸਾਰੀ ਸੰਗਤ ਜਿਹੜੀ ਹੈ ਇੰਡੀਆ ਤੋਂ ਆਈ ਹੈ, ਬਹੁਤ ਸਾਰੀ ਸੰਗਤ ਜਿਹੜੀ ਸਾਡੇ 75 ਦੇ ਕਰੀਬ ਪਾਕਿਸਤਾਨ ਤੋਂ ਸਾਡੇ ਭਰਾ ਆਏ ਨੇ, ਅਸੀਂ ਉਹਨਾਂ ਨੂੰ ਜੀਆਂ ਕਹਿੰਦੇ। ਇੱਥੇ ਪ੍ਰਸ਼ਾਸਨ ਵੱਲੋਂ, ਪੰਜਾਬ ਸਰਕਾਰ ਵੱਲੋਂ ਉਹਨਾਂ ਦਾ ਵੈਲਕਮ ਕਰਦੇ ਹਾਂ। ਔਰ ਜਿਵੇਂ ਸਭ ਮਿਲ ਕੇ ਆਏ, ਲੱਗਦਾ ਕਿ ਇਹ ਆਪਣਾ ਪਰਿਵਾਰ ਹੈ, ਲੱਗੇ ਹੀ ਨਹੀਂ ਕਿ ਪਾਕਿਸਤਾਨ ਤੋਂ ਆਏ ਨੇ ਸਾਡੇ ਭਰਾ। ਇਹ ਤਾਂ ਇੱਕ ਵਕਤੀ ਜਿਹੜੇ ਸਾਡੇ ਡਿਫਰੈਂਸਿਸ ਹੋ ਗਏ, ਇੱਕ ਸਾਡੀ ਕੰਧ ਬਣ ਗਈ, ਇੱਕ ਬਾਰਡਰ ਬਣ ਗਏ, ਲੇਕਿਨ ਜੋ ਅਸੀਂ ਦੇਖਦੇ ਹਾਂ ਉਨਾ ਹੀ ਪਿਆਰ ਸਾਡੇ 'ਚ ਹੈ, ਉਨਾ ਹੀ ਪਿਆਰ ਇਹਨਾਂ ਦੇ ਵਿੱਚ ਹੈ, ਉਹੀ ਸਾਡਾ ਰਹਿਣ ਸਹਿਣ ਹੈ, ਉਹੀ ਸਾਡੀ ਬੋਲੀ ਹੈ। ਔਰ ਅੱਲਾ ਅੱਗੇ, ਪਰਮਾਤਮਾ ਅੱਗੇ, ਵਾਹਿਗੁਰੂ ਅੱਗੇ ਦੁਆ ਕਰਦੇ ਹਾਂ ਕਿ ਇਹ ਜਿਹੜੇ ਬਾਰਡਰ ਨੇ ਖਤਮ ਹੋਣ, ਆਪਸੀ ਭਾਈਚਾਰਾ ਜਿਹੜਾ ਆਮ ਲੋਕ ਅਸੀਂ ਇੱਕ ਦੂਜੇ ਨਾਲ ਪਿਆਰ ਕਰਦੇ ਹਾਂ, ਉਸ ਤਰ੍ਹਾਂ ਹੀ ਵਰਤਦੇ ਹਾਂ ਜਿਵੇਂ ਇੰਡੀਆ 'ਚ ਵਰਤਦੇ ਹਾਂ, ਇਹ ਬਾਰਡਰ ਖੁੱਲ੍ਹਣ ਅਤੇ ਸਾਡਾ ਜਿਹੜਾ ਭਾਈਚਾਰਾ ਹੋਰ ਮਜ਼ਬੂਤ ਹੋਵੇ। ਆਪਣੇ ਇਮਾਮ ਰੱਬਾਨੀ ਮੁਜੱਦਦ ਅਲ ਫਸਾਨੀ ਰਹਿਮਤੁਲਲਾਹ ਅਲੈਹ ਆਪਣੇ 412ਵਾਂ ਸਾਲਾਨਾ ਉਰਸ ਮੁਬਾਰਕ ਹੈ ਅੱਜ, ਅਤੇ ਇਸ ਮੌਕੇ 'ਤੇ ਸਾਡੇ MLA ਸਾਹਿਬ ਇੱਥੇ ਆਏ ਨੇ, ਸਭ ਲੋਕਾਂ ਨੂੰ ਇੱਥੇ ਮੁਬਾਰਕਬਾਦ ਪੇਸ਼ ਕੀਤੀ ਆ ਕੇ ਇਹਨਾਂ ਨੇ, ਸਾਡੇ ਪਾਕਿਸਤਾਨ ਤੋਂ ਜਿਹੜੇ ਆਪਣੇ ਉੱਥੇ ਤੋਂ ਸ਼ਰਧਾਲੂ ਇੱਥੇ ਆਏ ਨੇ ਉਸ ਮੁਬਾਰਕ ਵਿੱਚ ਸ਼ਿਰਕਤ ਕਰਨ ਲਈ, ਉਹਨਾਂ ਨੂੰ ਉਹਨਾਂ ਨੇ ਆ ਕੇ ਮੁਬਾਰਕਬਾਦ ਪੇਸ਼ ਕੀਤੀ ਹੈ, ਅਤੇ ਅਸੀਂ ਸਭ ਵਾਸਤੇ ਦੁਆ ਗਵਾਂ, MLA ਸਾਹਿਬ ਵਾਸਤੇ ਦੁਆ ਗਵਾਂ, ਅਤੇ ਪੂਰੇ ਆਲਮ ਵਾਸਤੇ ਦੁਆ ਗਵਾਂ ਕਿ ਅੱਲਾਹ ਤਾਲਾ ਪੂਰੇ ਦੁਨੀਆਂ ਦੇ ਅੰਦਰ ਅਮਨ ਔਰ ਸ਼ਾਂਤੀ ਕਾਇਮ ਫਰਮਾਏ, ਆਪਸ ਵਿੱਚ ਪਿਆਰ ਭਾਈਚਾਰਾ ਜਿਹੜਾ ਹੈਗਾ ਉਸਨੂੰ ਅੱਲਾਹ ਤਾਲਾ ਉਸਨੂੰ ਵਧਾਵੇ, ਅਤੇ ਜੋ ਵੀ ਮੁਸ਼ਕਿਲਾਂ ਪਰੇਸ਼ਾਨੀਆਂ ਹੈਗੀਆਂ ਨੇ ਸਭ ਦੀਆਂ ਦੂਰ ਫਰਮਾਏ। ਬਹੁਤ ਅੱਛਾ ਲੱਗਾ, ਬਹੁਤ ਬਹੁਤ ਵਧੀਆ, ਹਰ ਨਿਜ਼ਾਮ ਬਿਹਤਰ ਮਿਲਿਆ ਸਾਨੂੰ, ਠੀਕ ਹੈ, ਬਹੁਤ ਮਜ਼ਾ ਆਇਆ, ਹਜ਼ੂਰ ਦੇ ਹਾਜ਼ਰੀ ਪੇਸ਼ ਹੋ ਗਈ, ਇਹ ਸਭ ਤੋਂ ਬੜਾ ਮਜ਼ਾ ਇਹੀ ਹੈ ਦੁਨੀਆ 'ਤੇ, ਠੀਕ ਹੈ, ਕੋਈ ਪਰੇਸ਼ਾਨੀ ਨਹੀਂ ਹੈ, ਹੋਰ ਵੀ ਪਰੇਸ਼ਾਨੀ ਹੁੰਦੀ ਸਾਡੇ ਮੋਹਤਰਮ ਬਜ਼ੁਰਗ ਸਾਡੇ ਹਾਜ਼ਰ ਹੈ, ਸਾਡੀ ਪਰੇਸ਼ਾਨੀ ਉਸੇ ਟਾਈਮ ਖਤਮ ਹੋ ਜਾਂਦੀ। ਅੱਜ ਬਰਾਸ ਦਾ ਦੌਰਾ ਕੀਤਾ, ਬਹੁਤ ਵਧੀਆ ਸੀ, ਉਹ ਤਾਂ ਬਹੁਤ ਵਧੀਆ ਹੋਇਆ ਜੀ, ਸਾਰੇ ਸਮਝੋ ਸਾਰੇ ਦਿਨ ਦੀ, ਅੱਜ ਸਾਰਾ ਜਿਤਨੇ ਟਾਈਮ 'ਤੇ ਅਸੀਂ ਆਏ ਹਾਂ ਸਭ ਤੋਂ ਅੱਛਾ ਦੌਰਾ ਆਈ ਸੀ ਸਾਡਾ ਬਾਹਰ ਦਾ, ਬਾਕੀ ਅਸੀਂ ਤਾਂ ਬਾਹਰ ਗਏ ਨਹੀਂ ਹੈ, ਬਾਹਰ ਦਾ ਸਭ ਤੋਂ ਅੱਛਾ ਦੌਰਾ ਆਈ ਸਾਡੇ ਹੱਥ। ਅਤੇ ਮੈਂ ਰਾਜ ਸਾਹਿਬ ਸਾਡੇ ਵੱਡੇ ਭਰਾ ਨੇ, ਇਹਨਾਂ ਦੇ ਨਾਲ ਜਿਹੜਾ ਸਲਾਨਾ ਉਰਸ 412ਵਾਂ ਇਹਦੇ 'ਤੇ ਆਏ ਸਾਡੇ ਪਾਕਿਸਤਾਨ ਤੋਂ ਜਿਹੜੇ ਡੈਲੀਗੇਟ, ਇਹਨਾਂ ਦੀ ਸੰਗਤ ਦਾ ਵੈਲਕਮ ਕਰਦੇ ਹਾਂ, ਅਤੇ ਜਿਵੇਂ ਰਾਜ ਸਾਹਿਬ ਨੇ ਦੱਸਿਆ ਸੀ, ਇਹਨਾਂ ਨੂੰ ਆਸ਼ਵਾਸਨ ਦਿੰਦੇ ਹਾਂ ਕਿ ਅਗਰ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਇਹਨਾਂ ਨੂੰ ਕਿਸੇ ਵੀ ਤਰੀਕੇ ਦੀ ਦਿੱਕਤ ਆ, ਉਹਦੇ ਲਈ ਅਸੀਂ ਹਾਜ਼ਰ ਹਾਂ, ਅਤੇ ਜਿਹੜੀ ਸਾਡੀ ਭਾਈਚਾਰਕ ਸਾਂਝ ਹੈ ਜਿਹੜੀ ਆਪਸ 'ਚ ਬਣੀ ਰਹੇ, ਅਤੇ ਪਰਮਾਤਮਾ ਕਰੇ ਸਾਨੂੰ ਵੀ ਕਦੇ ਪਾਕਿਸਤਾਨ ਜਾਣ ਦਾ ਮੌਕਾ ਮਿਲੇ, ਅਤੇ ਅਸੀਂ ਇਹਨਾਂ ਕੋਲ ਵੀ ਜੋ ਅਸੀਂ ਇਹਨਾਂ ਦੇ ਲਈ ਖਿਦਮਤ ਕਰਦੇ, ਅਸੀਂ ਉਹਨਾਂ ਤੋਂ ਕਰਵਾਉਣ ਦੇ ਖੁਸ਼ੀ ਨਸੀਬੀ ਪ੍ਰਾਪਤ ਕਰੀਏ। ਮੇਰੇ ਵੱਲੋਂ ਸਾਰਿਆਂ ਦਾ ਵੈਲਕਮ ਹੈ, ਥੈਂਕ ਯੂ।